ਪੰਜਾਬ ਰੰਗੇ ਸਭੀ ਦਰਸ਼ਕਾਂ ਨੂੰ ਨਿਗਾ ਸਵਾਗਤ ਔਰ ਜੀ ਆਇਆਂ ਨੂੰ ਅੱਜ ਅਸੀਂ ਗੱਲ ਕਰਾਂਗੇ ਹਮੇਸ਼ਾ ਦੀ ਤਰ੍ਹਾਂ ਕਿਸੇ ਨਾ ਕਿਸੇ ਕਮਿਊਨਿਟੀ ਦੇ ਇਵੈਂਟ ਦੇ ਬਾਰੇ ਵਿੱਚ ਔਰ ਅੱਜ ਦਾ ਸਾਡਾ ਜਿਹੜਾ ਇਵੈਂਟ ਹੈ ਉਹ ਵਰਲਡ ਪੰਜਾਬੀ ਕਾਨਫਰੰਸ ਹੈ ਜਿਹੜੀ ਕਿ ਹੋਣ ਜਾ ਰਹੀ ਹੈ 5 6 ਔਰ 7 ਜੁਲਾਈ ਨੂੰ ਇੱਥੇ ਬ੍ਰੈਂਟਨ ਵਿੱਚ ਇਦੇ ਪੰਜਾਬੀ ਕਾਨਫਰੰਸ ਜਦੋਂ ਅਸੀਂ ਕਰਨੀ ਆ ਤਾਂ ਉਹਦੇ ਬਹੁਤ ਸਾਰੇ ਲੋਕ ਸ਼ਾਮਿਲ ਹੁੰਦੇ ਨੇ ਬਹੁਤ ਸਾਰੇ ਲੋਕ ਜਿਹੜੇ ਨੇ ਉਹਨੂੰ ਆਰਗੇਨਾਈਜ਼ ਕਰ ਰਹੇ ਨੇ ਉਹਦੇ ਉਹਦੀ ਕੋਆਰਡੀਨੇਸ਼ਨ ਇਸ ਸਾਡੇ ਨਾਲ ਹੈਲਪਫਲ ਹੁੰਦੇ ਨੇ ਉਹਨਾਂ ਦੇ ਬਾਰੇ ਵਿੱਚ ਅਸੀਂ ਗੱਲਬਾਤ ਕਰਨੀ ਆ ਉਹਨਾਂ ਦੇ ਬਾਰੇ ਵਿੱਚ ਤੁਹਾਨੂੰ ਇਨਫੋਰਮੇਸ਼ਨ ਦੇਣੀ ਆ ਔਰ ਉਹ ਦਿਨ ਨਾਲ ਨਾਲ ਉਹਦੇ ਵਿੱਚ ਤੁਸੀਂ ਕੀ ਕੋਸ਼ਿਸ਼ ਕਰ ਸਕਦੇ ਹੋ ਔਰ ਦਰਸ਼ਕ ਉਹਦੇ ਵਿੱਚ ਕਿਸ ਤਰ੍ਹਾਂ ਹਿੱਸਾ ਲੈ ਸਕਦੇ ਨੇ ਇਹ ਸਭ ਗੱਲਾਂ ਅਸੀਂ ਕਰਨੀਆਂ ਅੱਜ ਸਾਡੇ ਕੋਲ ਤਸ਼ਰੀਫ ਫਰਮਾਨੇ ਜੀਪੀਐਸ ਪਾਕਿਸਤਾਨ ਦੇ ਪਰਦਾਨ ਜਨਾਬ ਅਫਜ਼ਲ ਰਾਜ ਸਾਹਿਬ ਔਰ ਉਹਦੇ ਨਾਲ-ਨਾਲ ਸਾਡੇ ਕੋਲ ਮੌਜੂਦ ਨੇ ਕੋਆਰਡੀਨੇਟਰ ਐਕੈਡੈਮਿਕ ਵਰਲਡ ਪੰਜਾਬੀ ਕਾਨਫਰੰਸ ਗੁਰਵੀਰ ਗੁਰਵੀਰ ਸਿੰਘ ਸਰੋਜੀ ਤੁਹਾਨੂੰ ਦੋਵਾਂ ਨੂੰ ਜੀ ਆਇਆਂ ਨੂੰ ਬਹੁਤ ਸ਼ੁਕਰੀਆ ਬੜੀ ਮਿਹਰਬਾਨੀ ਅ ਅਫਜ਼ਲ ਸਾਹਿਬ ਤੋਂ ਅਰਦਨਲ ਗੱਲ ਬਾਤ ਸ਼ੁਰੂ ਕਰਾਂਗੇ ਤੁਸੀਂ ਸਾਡੇ ਦਰਸ਼ਕਾਂ ਨਾਲ ਕੀ ਸਾਂਝਾ ਕਰੋਗੇ ਕਿ ਇਸ ਕਾਨਫਰੰਸ ਦੇ ਬਾਰੇ ਵਿੱਚ ਉਹਨਾਂ ਨੂੰ ਕੀ ਪਤਾ ਹੋਣਾ ਚਾਹੀਦਾ ਸਭ ਤੋਂ ਪਹਿਲਾਂ ਤੇ ਮੈਂ ਟੈਕ ਟੀਵੀ ਦਾ ਸ਼ੁਕਰੀਆ ਦਾਖ ਕਰਨਾ ਕਿ ਉਹਨਾਂ ਸਾਨੂੰ ਮੌਕਾ ਦਿੱਤਾ ਕਿ ਆਪਣੀ ਕਾਨਫਰੰਸ ਦੇ ਹਵਾਲੇ ਨਾਲ ਗੱਲਬਾਤ ਕਰਾਂ ਤਾਂ ਕਹਾਣੀ ਨੂੰ ਜ਼ਿੰਦਾ ਰੱਖਣ ਲਈ ਕਹਾਣੀ ਦੇ ਕਿਰਦਾਰਾਂ ਨੂੰ ਜ਼ਿੰਦਾ ਰੱਖਣਾ ਪੈਂਦਾ ਤੇ ਅੱਜ ਅਸੀਂ ਗੱਲ ਕਰਾਂਗੇ ਕਿ ਵਰਲਡ ਪੰਜਾਬੀ ਕਾਨਫਰੰਸ ਜਿਹੜੀ ਇਹ 10ਵੀਂ ਹੋ ਰਹੀ ਹੈ ਇਹਦੇ ਪਿੱਛੇ ਇੱਕ ਲੰਬੀ ਕਹਾਣੀ ਹੈ ਔਰ ਇਸ ਕਹਾਣੀ ਨੂੰ ਲੈ ਕੇ ਸਾਡੇ ਚੇਅਰਮੈਨ ਸਰਦਾਰ ਅਜਾਇਬ ਸਿੰਘ ਅਜਾਇਬ ਸਿੰਘ ਚੱਠਾ ਜੀ ਤੇ ਉਹਨਾਂ ਦੀ ਟੀਮ ਉਹ ਲੈ ਕੇ ਚੱਲਦੇ ਨੇ ਤੇ ਅੱਜ ਅਸੀਂ 10ਵੀਂ ਵਰਲਡ ਪੰਜਾਬੀ ਕਾਨਫਰੰਸ ਕਰਵਾਨ ਦੇ ਅਹਿਲ ਹੋਏ ਆਂ ਔਰ ਇਹ 5 6 7 ਨੂੰ ਇੱਥੇ ਬ੍ਰਾਮਟਨ ਵਿੱਚ ਹੀ ਹੋ ਰਹੀ ਹੈ ਇਹਦੇ ਵਿੱਚ ਹੁੰਦਾ ਕੀ ਏ ਕਿ ਇਹਦੇ ਵਿੱਚ مختلف ਮਲਕਾਂ ਤੋਂ ਮਿਤਵਾਨ ਆਉਂਦੇ ਨੇ ਉਹ ਆਪਣੇ ਖੋਜ ਪਰਚੇ ਪੜ੍ਹਦੇ ਨੇ ਔਰ ਆਪਣਾ ਗਿਆਨ ਉਹਦੇ ਵਿੱਚ ਜਿਹੜਾ ਲਿਖਿਆ ਹੁੰਦਾ ਉਹ ਲੋਕਾਂ ਤੱਕ ਪਹੁੰਚਾਉਂਦੇ ਨੇ ਔਰ ਇਹਦਾ ਮਕਸਦ ਇਹੋ ਹੀ ਹੈ ਕਿ ਨਵੀਂ ਪੀੜ੍ਹੀ ਤੱਕ ਆਪਣੇ ਸਨੇਹ ਨੂੰ ਪਹਿਲੇ ਨੂੰ ਔਰ ਉਸ ਗਿਆਨ ਨੂੰ ਅੱਗੇ ਲੈ ਕੇ ਵਧਾਣਾ ਤੇ ਉਹਨਾਂ ਤੱਕ ਪਹੁੰਚਾਉਣਾ ਇਹ ਸਾਡੀ ਇਸ ਕਾਨਫਰੰਸ ਦਾ ਮਕਸਦ ਹੁੰਦਾ ਔਰ ਇਹ ਸਾਡੀ 10ਵੀਂ ਕਾਨਫਰੰਸ ਹੈ ਜਿੰਨੂੰ ਅਸੀਂ ਕਾਮਯਾਬੀ ਨਾਲ ਲੈ ਕੇ ਅੱਗੇ ਵਧ ਰਹੇ ਹਾਂ ਗੁਰਵੀਰ ਜੀ ਹੁਣ ਤੁਹਾਡੇ ਵੱਲ ਆਵਾਂਗੇ ਤੁਸੀਂ ਕੋਆਰਡੀਨੇਟਰ ਹੋ ਅਕਾਡੈਮਿਕਸ ਦੇ ਤੇ ਕੀ ਸਟੈਂਡਰਡ ਦੇ ਔਰ ਕੀ ਦੇ ਜਿਹਨੂੰ ਕਹਿਣਾ ਚਾਹੀਦਾ ਹੈ ਕਿ ਕੀ ਮਰਾਹਲ ਨੇ ਔਰ ਕਿਸ ਤਰ੍ਹਾਂ ਤੁਸੀਂ ਇਹਨਾਂ ਨੂੰ ਜਾਂਚਦੇ ਹੋ ਕਿ ਕਿਸ ਤਰ੍ਹਾਂ ਕੋਆਰਡੀਨੇਟ ਕਰਨਾ ਹੈ ਔਰ ਕੌਣ ਲੋਕ ਮناسب ਨੇ ਇਹਦੇ ਵਾਸਤੇ ਕੋਈ ਉਹਦੇ ਬਾਰੇ ਵਿੱਚ ਤੁਸੀਂ ਗੱਲਬਾਤ ਕਰੋ ਜੀ ਸ਼ੁਕਰੀਆ ਸਾਧਿਆ ਜੀ ਸਭ ਤੋਂ ਪਹਿਲਾਂ ਤਾਂ ਮੈਂ ਆਦਾਰਾ ਟੈਗ ਟੀਵੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਇਸ ਮੌਕੇ ਤੇ ਦਰਸ਼ਕਾਂ ਦੇ ਰੂਬਰੂ ਹੋਣ ਦਾ ਮੌਕਾ ਪ੍ਰਦਾਨ ਕੀਤਾ ਤੇ ਜੇ ਗੱਲ ਕਰੀਏ ਅਸੀਂ 10ਵੀਂ ਵਰਲਡ ਪੰਜਾਬੀ ਕਾਨਫਰੰਸ ਜਿਹੜੀ ਮਿਤੀ 5 6 7 ਜੁਲਾਈ ਨੂੰ ਬ੍ਰੈਂਪਟਨ ਕੈਨੇਡਾ ਦੇ ਵਿੱਚ ਹੋ ਰਹੀ ਆ ਤਾਂ ਇੱਕ ਪ੍ਰਬੰਧਕ ਦੇ ਤੌਰ ਤੇ ਇਹਦੇ ਬਾਰੇ ਗੱਲ ਕਰਦੇ ਆ ਤਾਂ ਇਸ ਕਾਨਫਰੰਸ ਦਾ ਜਿਹੜਾ ਵਿਸ਼ਾ ਹੈਗਾ ਵਰਲਡ ਪੰਜਾਬੀ ਕਾਨਫਰੰਸ ਦਾ ਉਹ ਪੰਜਾਬੀ ਭਾਸ਼ਾ ਦਾ ਭਵਿੱਖ ਔਰ ਪੰਜਾਬੀ ਨਾਇਕ ਰੱਖਿਆ ਗਿਆ ਹੈਗਾ ਕਿਉਂਕਿ ਸ਼ੁਰੂਆਤ ਤੋਂ ਹੀ 10ਵੀਂ ਕਾਨਫਰੰਸ ਜਿਹੜੀ ਇਸ ਵਾਰ ਹੋ ਰਹੀ ਆ ਪੰਜਾਬੀ ਭਾਸ਼ਾ ਦੀ ਤਾਂ ਹਰ ਇੱਕ ਵਾਰ ਜਿਹੜੀ ਗੱਲ ਹੁੰਦੀ ਉਹ ਹੁੰਦੀ ਹੈ ਇਸ ਕਾਨਫਰੰਸ ਦਾ ਉਦੇਸ਼ ਮੂਲ ਉਦੇਸ਼ ਮੈਂ ਸਮਝਦਾ ਕਿ ਇਸ ਕਾਨਫਰੰਸ ਦਾ ਔਰ ਇਸ ਵਾਰ ਨਵਾਂ ਜਿਹੜਾ ਇੱਕ ਆਏ ਸਾਲ ਨਵਾਂ ਵਿਸ਼ਾ ਹੁੰਦਾ ਨਵੀਂ ਕਾਨਫਰੰਸ ਦਾ ਉਹ ਪੰਜਾਬੀ ਨਾਇਕ ਰੱਖਿਆ ਗਿਆ ਹੈਗਾ ਇਸ ਨਾਲ ਸੰਬੰਧਿਤ ਜਿਹੜੇ ਕਾਨਫਰੰਸ ਨਾਲ ਸਾਡੇ ਕੋਲ ਨੇ ਜਿਹੜੇ ਖੋਜ ਪੱਤਰ ਨੇ ਉਹ ਪ੍ਰਾਪਤ ਹੋ ਚੁੱਕੇ ਨੇ ਵੱਖ-ਵੱਖ ਦੇਸ਼ਾਂ ਦੇ ਜਿਹੜੇ ਵਿਦਵਾਨ ਨੇ ਖੋਜਰਥੀਆਂ ਨੇ ਜਿਨ੍ਹਾਂ ਨੇ ਆਪਣੇ ਵੱਖ-ਵੱਖ ਖੇਤਰਾਂ ਦੇ ਵਿੱਚ ਇੱਕ ਅਹਿਮ ਯੋਗਦਾਨ ਅਹਿਮ ਕੰਮ ਕੀਤਾ ਹੋਇਆ ਉਹਨਾਂ ਵੱਲੋਂ ਪ੍ਰਾਪਤ ਹੋ ਚੁੱਕੇ ਨੇ ਕਮੇਟੀ ਵੱਲੋਂ ਉਹਨਾਂ ਖੋਜ ਪੱਤਰਾਂ ਦਾ ਜਿਹੜਾ ਹੈਗਾ ਉਹਨਾਂ ਨੂੰ ਸ਼੍ਰੇਣੀਬੱਧ ਤਰੀਕੇ ਨਾਲ ਉਹਨਾਂ ਦੀ ਸ਼ਾਂਟ ਕਰ ਲਈ ਗਈ ਆ ਪੇਸ਼ ਕਰਨ ਕੀਤੇ ਜਾਣਗੇ ਪੇਪਰ ਔਰ ਡੈਲੀਗੇਟ ਸਾਡੇ ਕੋਲੇ ਪਹੁੰਚ ਵੀ ਰਹੇ ਨੇ ਤਾਂ ਉਹਨਾਂ ਖੋਜ ਪੱਤਰਾਂ ਨੂੰ ਪੇਸ਼ ਕੀਤਾ ਜਾਵੇਗਾ ਵਿਚਾਰਾਂ ਹੋਣਗੀਆਂ ਕਾਨਫਰੰਸ ਦੇ ਵਿਸ਼ਿਆਂ ਦੇ ਉੱਪਰ ਔਰ ਇਹਨਾਂ ਵਿਚਾਰਾਂ ਦੇ ਸੰਦਰਭ ਦੇ ਵਿੱਚ ਹੀ ਅ ਆਖੀਰਲੇ ਦਿਨ ਦੇ ਵਿੱਚ ਜਿਹੜਾ ਹੈਗਾ ਅਸੀਂ ਇੱਕ ਅ ਨਤੀਜੇ ਤੇ ਜਾ ਕੇ ਪਹੁੰਚਾਂਗੇ ਤੇ ਉਹਨਾਂ ਦੀ ਪੰਜਾਬੀ ਨਾਇਕ ਕਿਹੜੇ ਆ ਜਿਹੇ ਪੰਜਾਬੀ ਨਾਇਕ ਨੇ ਜਿਹੜੇ ਸਾਡੇ ਪੰਜਾਬੀ ਸਾਹਿਤ ਪੰਜਾਬੀ ਪੰਜਾਬੀਅਤ ਨਾਲ ਜੁੜੇ ਹੋਏ ਨੇ ਉਹਨਾਂ ਦੀ ਸਾਰਥ ਕਰਾਂਗੇ ਚਲੋ ਤੁਹਾਡੇ ਦੋਹਾਂ ਚੋ ਜੋ ਵੀ ਦੇਣਾ ਚਾਹੇ ਜਵਾਬ ਮੇਰੇ ਸਵਾਲੇ ਕਿ ਤੁਸੀਂ ਕੀ ਸਮਝਦੇ ਹੋ ਕਿ ਇਹਦੇ ਬਾਅਦ ਕੁਝ ਮੂਵਮੈਂਟ ਹੁੰਦੀ ਹੈ ਕੋਈ ਚੇਂजेस ਆਉਂਦੀਆਂ ਨੇ ਪੋਲਿਸੀ ਮੇਕਰਸ ਤੁਹਾਡੀ ਗੱਲ ਜਿਹੜੀ ਉਹਨਾਂ ਤੱਕ ਪਹੁੰਚਦੀ ਏ ਪੰਜਾਬੀ ਵਾਸਤੇ ਕੁਝ ਖidmat ਹੁੰਦੀ ਏ ਕੁਝ ਜਿਹਨੂੰ ਕਹਿੰਦੇ ਹੈ ਕਿ ਕਨੈਕਸ਼ਨਸ ਡਿਵੈਲਪ ਹੁੰਦੇ ਨੇ ਕੀ ਸਮਝਦੇ ਹੋ ਤੁਸੀਂ ਇਸ ਸਿਲਸਿਲੇ ਅਸਲ ਜੀ ਅਸੀਂ ਮੇਨ ਉਦੇਸ਼ ਸਮਝਦੇ ਹਾਂ ਕਾਨਫਰੰਸ ਜਿਹੜਾ ਇੱਕ ਅਜਿਹਾ ਸਮੇਲਨ ਹੁੰਦਾ ਜਿੱਤੇ ਵਕ ਵਕ ਬੇਸ਼ਿਆਂ ਦੇ ਉੱਪਰ ਨੇ ਜਿਹੜੇ ਵਿਦਵਾਨ ਆਪਣੇ ਵਿਚਾਰ ਰੱਖਦੇ ਆ ਔਰ ਵਿਚਾਰਾਂ ਦੇ ਅਧੀਨ ਹੀ ਇੱਕ ਨਵਾਂ ਪਹਿਲੂ ਸਾਡੇ ਸਾਹਮਣੇ ਨਿਕਲ ਕੇ ਆਉਂਦੀਆਂ ਨੇ ਨਵੀਆਂ ਸੰਭਾਵਨਾਵਾਂ ਨੇ ਜਿਹੜੀਆਂ ਉਹ ਜਨਮ ਲੈਂਦੀਆਂ ਨੇ ਤਾਂ ਇਸ ਕਾਨਫਰੰਸ ਦੇ ਵਿੱਚ ਬਾਕੀ ਪਹਿੀਆਂ ਨੌ ਕਾਨਫਰੰਸਾਂ ਵਾਂਗ ਹੀ ਸਾਨੂੰ ਉਮੀਦ ਆ ਕੇਸ ਕਾਨਫਰੰਸ ਦੇ ਨਾਲ ਅਸੀਂ ਪੰਜਾਬੀ ਭਾਸ਼ਾ ਦੇ ਭਵਿੱਖ ਤੇ ਖਾਸ ਕਰਕੇ ਨਿਊ ਦੌਰ ਦੇ ਵਿੱਚ ਆਧੁਨਿਕ ਸਮੇਂ ਦੇ ਵਿੱਚ ਪੰਜਾਬੀ ਭਾਸ਼ਾ ਜਿਹੜੀ ਕਿਹੜੀਆਂ ਚੁਣੌਤੀਆਂ ਕਿਹੜੀਆਂ ਅਜਿਹੇ ਸਾਨੂੰ ਸੰਭਾਵਨਾਵਾਂ ਮਾਣੇ ਜਿਨ੍ਹਾਂ ਦਾ ਸਾਹਮਣਾ ਕਰਦੇ ਹੋਏ ਸਾਨੂੰ ਲੋੜ ਆ ਕਿਉਂਕਿ ਜਦੋਂ ਤੱਕ ਅਸੀਂ ਆਪਣੇ ਆਪ ਦੀ ਆਪਣੀ ਭਾਸ਼ਾ ਹੋ ਗਈ ਪੰਜਾਬੀ ਪੰਜਾਬੀਅਤ ਦੇ ਬਾਰੇ ਗੱਲ ਨਹੀਂ ਕਰਾਂਗੇ ਤਾਂ ਮੇਰੇ ਖਿਆਲ ਦੇ ਵਿੱਚ ਉਦੋਂ ਤੱਕ ਸਾਨੂੰ ਉਹਨਾਂ ਸੰਭਾਵਨਾਵਾਂ ਉਹਨਾਂ ਚੁਣੌਤੀਆਂ ਬਾਰੇ ਪਤਾ ਨਹੀਂ ਲੱਗਦਾ ਹੈਗਾ ਦੂਸਰਾ ਪੰਜਾਬੀ ਸਾਹਿਤ ਦੇ ਵਿੱਚ ਪੰਜਾਬੀਅਤ ਵੱਖ-ਵੱਖ ਖੇਤਰਾਂ ਦੇ ਵਿੱਚ ਅਨੇਕਾਂ ਹੀ ਅਜਿਹੀਆਂ ਸ਼ਖਸੀਅਤਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਅਸੀਂ ਚੰਗੀ ਤਰ੍ਹਾਂ ਜਾਣੂ ਹੁੰਨੇ ਆ ਪਰ ਕਈ ਵਾਰ ਉਹਨਾਂ ਦਾ ਸਾਹਿਤ ਸਮਾਜ ਰਾਜਨੀਤਿਕ ਖੇਤਰ ਦੇ ਵਿੱਚ ਅੰਦੋਲਨ ਦੇ ਵਿੱਚ ਖਾਸ ਕਿਸੇ ਅੰਦੋਲਨਾਂ ਦੇ ਵਿੱਚ ਯੋਗਦਾਨ ਹੁੰਦਾ ਪਰ ਅਣਗੌਲਿਆ ਰਹਿ ਜਾਂਦਾ ਤਾਂ ਇਸ ਕਾਨਫਰੰਸ ਦੇ ਵਿੱਚ ਅਜਿਹੀ ਹੀ ਨਾਇਕਾਂ ਦੇ ਬਾਰੇ ਗੱਲ ਕਰਨੀਆਂ ਕਿ ਜਿਹੜੇ ਆਮ ਲੋਕਾਂ ਦੇ ਵਿੱਚ ਉਹਨਾਂ ਨੂੰ ਜੋ ਉਹਨਾਂ ਦਾ ਬਣਦਾ ਯੋਗਦਾਨ ਸੀ ਉਸ ਯੋਗਦਾਨ ਦੇ ਦੇ ਜਿਹੜਾ ਮੁਕਾਬਲਾ ਸੀ ਉਸ ਯੋਗਦਾਨ ਦੇ ਮੁਤਾਬਕ ਉਹ ਨਹੀਂ ਮਿਲਿਆ ਹੈਗਾ ਉਸ ਬਾਰੇ ਅਸੀਂ ਗੱਲ ਵਿਚਾਰਾਂ ਚਰਚਾ ਹਮਾਂ ਹੋਣੀ ਹੈ ਮੈਂ ਹਲੀਮਾ ਜੀ ਇਸ ਗੱਲ ਨੂੰ ਅੱਗੇ ਲੈ ਕੇ ਚੱਲਾਂਗਾ ਕਿ ਤੁਸੀਂ ਪੁੱਛਿਆ ਨਾ ਕਿ ਇਹਦਾ ਕੋਈ ਅਸਰ ਵੀ ਹੁੰਦਾ ਹੈ ਕਿ ਨਹੀਂ ਹੁੰਦਾ ਅਸਰ ਜ਼ਰੂਰ ਹੁੰਦਾ ਹੈ ਕਿਉਂਕਿ ਜਿਸ ਵੇਲੇ ਆ ਕੇ ਸਾਡੇ ਵਿਦਵਾਨ ਇੱਥੇ ਗੱਲਾਂ ਕਰਦੇ ਨੇ ਆਪਣੇ ਖੋਜ ਪਰਚੇ ਪੜ੍ਹਦੇ ਨੇ ਤੇ ਉਹਦੇ ਵਿੱਚੋਂ ਨਵੀਆਂ-ਨਵੀਆਂ ਚੀਜ਼ਾਂ ਸਾਹਮਣੇ ਲੈ ਕੇ ਆਉਂਦੇ ਨੇ ਔਰ ਉਹ ਫਿਰ ਜਿਹੜੀਆਂ ਉਹ ਗੱਲਾਂ ਹੁੰਦੀਆਂ ਨੇ ਉਹ ਫਿਰ ਅੱਗੂ ਚਰਚੇ ਦਾ ਸਬਬ ਬਣਦੀਆਂ ਨੇ ਅੱਗੂ ਸੋਚਣ ਦਾ ਸਬਬ ਬਣਦੀਆਂ ਨੇ ਸੋਚਣ ਦਾ ਮੌਕਾ ਦਿੰਦੀਆਂ ਨੇ ਔਰ ਮੈਂ ਸਮਝਦਾ ਨਾ ਕਿ ਸਾਡੀਆਂ ਨੌ ਕਾਨਫਰੰਸਾਂ ਜਿਹੜੀਆਂ ਕਾਮਯਾਬ ਹੋਈਆਂ ਨੇ ਉਹਦੇ ਵਿੱਚ ਜੋ-ਜੋ ਗੱਲ ਹੋਈ ਏ ਜੋ ਅਸੀਂ ਨੈਤਿਕਤਾ ਦੀ ਗੱਲ ਕੀਤੀ ਏ ਉਥੇ ਅਸੀਂ ਨਵੀਂ ਪੀੜ੍ਹੀ ਦੀ ਗੱਲ ਕੀਤੀ ਏ ਔਰ ਉਥੇ ਅਸੀਂ ਪੰਜਾਬੀ ਪਵੇਖ ਜਿਹੜੀ ਪੰਜਾਬੀ ਦਾ ਫਿਊਚਰ ਏ ਉਹਦੀ ਗੱਲ ਕੀਤੀ ਏ ਔਰ ਉਹ ਅੱਜ ਅਲhamdulillah ਉਦੇ ਉੱਤੇ ਗੱਲਾਂ ਹੋ ਰਹੀਆਂ ਨੇ ਉਹਦੇ ਉੱਤੇ ਵਿਚਾਰ ਸਾਂਝੇ ਕੀਤੇ ਜਾ ਰਹੇ ਨੇ ਔਰ ਉਹਦੇ ਉੱਤੇ ਲਿਖਿਆ ਜਾ ਰਿਹਾ ਔਰ ਉਹਦੇ ਉੱਤੇ ਕਿਤਾਬਾਂ ਵੀ ਆ ਰਹੀਆਂ ਨੇ ਸਾਹਮਣੇ ਸਾਡੀ ਜਿਹੜੀ ਵਰਲਡ ਪੰਜਾਬੀ ਕਾਨਫਰੰਸ ਹੈ ਜਾਂ ਜਗਤ ਪੰਜਾਬੀ ਸਭਾ ਇਹਦੇ ਵੱਲੋਂ ਵੀ ਅ ਨੈਤਿਕਤਾ ਦੇ ਉੱਤੇ ਕਿਤਾਬ ਆ ਚੁੱਕੀ ਹੈ ਉਸਤਾਦ ਪੰਜਾਬੀ ਦੇ ਹਵਾਲੇ ਨਾਲ ਕਿਤਾਬ ਆ ਚੁੱਕੀ ਹੈ ਔਰ ਬਾਲਾਂ ਦੇ ਬਾਰੇ ਵਿੱਚ ਕਿਤਾਬ ਆ ਚੁੱਕੀ ਹੈ ਇਸ ਤਰ੍ਹਾਂ ਅਸੀਂ ਜਿਹੜੀ ਵੀ ਸੜੀ ਕਾਨਫਰੰਸ ਹੁੰਦੀ ਹੈ ਜਿਹੜਾ ਵੀ ਉਹਦਾ ਸਿੱਟਾ ਨਿਕਲਦਾ ਅਸੀਂ ਉਹਦਾ ਨਿਚੋੜ ਜਿਹੜਾ ਨਾਲ ਕਿਤਾਬ ਦੀ ਸੂਰਤ 'ਚ ਸਾਹਮਣੇ ਲੈ ਕੇ ਆ ਜਾਂਦੇ ਹਾਂ ਤੁਸੀਂ ਇਹ ਮੈਨੂੰ ਦੱਸੋ ਦੋਵਾਂ ਕੋਲੋਂ ਹੀ ਮੇਰੇ ਸਵਾਲ ਹੈ ਕਿ ਕਲਚਰ ਦੇ ਨਾਲ ਜੁੜਨ ਲਈ ਇਹ ਕਾਨਫਰੰਸਿਸ ਕਿੰਨੀਆਂ ਆਹਨੇ ਔਰ ਕੀ ਕਿਰਦਾਰ ਕਰਦੀਆਂ ਹਨ ਦੀਮਾ ਜੀ ਬੜਾ ਸੋਹਣਾ ਸਵਾਲ ਤੁਹਾਡਾ ਅਸਲ ਦੇ ਵਿੱਚ ਕਲਚਰ ਜਿਹੜਾ ਹੁੰਦਾ ਹੈ ਨਾ ਉਹ ਜ਼ਮੀਨ ਨਾਲ ਜੁੜਿਆ ਹੁੰਦਾ ਹੈ ਤੇ ਜ਼ਮੀਨ ਨਾਲ ਸਭ ਤੋਂ ਪਹਿਲਾਂ ਤੇ ਆਪ ਜੁੜਨਾ ਚਾਹੀਦਾ ਫਿਰ ਅਗੋਂ ਅਸੀਂ ਕਲਚਰ ਦੀ ਵੀ ਗੱਲ ਕਰਾਂਗੇ ਸਕਾਫਤ ਦੀ ਗੱਲ ਕਰਾਂਗੇ ਜਿਸ ਤਰ੍ਹਾਂ ਜ਼ਬਾਨ ਦਾ تعلق ਜ਼ਮੀਨ ਨਾਲ ਹੁੰਦਾ ਉਹ ਕਿਸੇ ਮذਬਬ ਨਾਲ ਨਹੀਂ ਹੁੰਦਾ ਕਿਸੇ جناب ਜਮਾਤ ਨਾਲ ਨਹੀਂ ਹੁੰਦਾ ਕਿਸੇ ਨਾਲ ਐਸੀ ਸੂਰਤ 'ਚ ਨਹੀਂ ਹੁੰਦਾ ਕਿ ਜਿੱਥੇ ਕੋਈ ਟਕਰਾਅ ਦਾ ਬਾਇਸ ਬਣੇ ਇਹਦਾ تعلق ਜ਼ਮੀਨ ਨਾਲ ਹੈ ਸਭ ਤੋਂ ਪਹਿਲਾਂ ਤੇ ਇਹ ਵੀ ਕਿ ਸਾਨੂੰ ਆਪਣੇ ਆਪ ਨੂੰ ਜ਼ਮੀਨ ਨਾਲ ਜੋੜਨਾ ਪਵੇਗਾ ਉਹ ਜ਼ਮੀਨ ਕਿਹੜੀ ਹੈ ਸਾਡੇ ਥੱਲੇ ਉਹ ਪੰਜਾਬ ਦੀ ਹੈ ਔਰ ਪੰਜਾਬ ਜਿੱਥੋਂ ਪੰਜਾਬੀ ਫੁੱਟੀ ਹੈ ਪੰਜਾਬੀ ਜਿੱਥੋਂ ਨਿਕਲੀ ਹੈ ਸਾਨੂੰ ਉਹਦੇ ਨਾਲ ਅਸੀਂ ਜੋੜਾਂਗੇ ਤੇ ਫਿਰ ਸਾਨੂੰ ਉਹਦੀ ਸੱਭਿਆਚਾਰਤਾ ਵੀ ਪਤਾ ਲੱਗੇਗਾ ਉੱਥੇ ਦੇ ਲੋਕਾਂ ਦੇ ਨਾਇਕਾਂ ਜਿਹੜੇ ਜਿਨ੍ਹਾਂ ਨੇ ਕੰਮ ਕੀਤਾ ਪੰਜਾਬੀ ਵਾਸਤੇ ਜਾਂ ਆਪਣੀ ਜ਼ਮੀਨ ਵਾਸਤੇ ਆਪਣੀ ਜ਼ੁਬਾਨ ਵਾਸਤੇ ਉਹਨਾਂ ਲੋਕਾਂ ਦਾ ਪਤਾ ਲੱਗੇਗਾ ਕਿ ਉਹ ਸਾਡੇ ਨਾਇਕ ਕਿਹੜੇ ਨੇ ਸਾਡੇ ਹੀਰੋ ਕਿਹੜੇ ਨੇ ਅਸੀਂ ਉਹਨਾਂ ਨੂੰ ਸਮਝ ਨਹੀਂ ਆ ਸਕਨੇ ਜੇ ਅਸੀਂ ਰਿਸ਼ਤਾ ਆਪਣੀ ਜ਼ਮੀਨ ਨਾਲ ਨਹੀਂ ਰੱਖਾਂਗੇ ਤੇ ਫਿਰ ਸਾਨੂੰ ਸਾਡੇ ਕਲਚਰ ਦਾ ਵੀ ਨਹੀਂ ਪਤਾ ਲੱਗੇਗਾ ਕੱਖ ਚੀਜ਼ ਦੀ ਸਮਝ ਨਹੀਂ ਆ ਸਕੇਗੀ ਜੀ ਗੁਰਵੀਰ ਜੀ ਜੀ ਬਿਲਕੁਲ ਜੀ ਮੇਰੇ ਖਿਆਲ ਚ ਜਿਹੜੀ ਭਾਸ਼ਾ ਅਸੀਂ ਸਿਰਫ ਮੇਰੇ ਖਿਆਲ ਸੰਚਾਰ ਦਾ ਸਾਧਨ ਹੀ ਨਹੀਂ ਹੁੰਦੀ ਹੈਗੀ ਔਰ ਇਹ ਸਾਡੀ ਕਿਸੇ ਕੌਮੀਅਤ ਦੇ ਹਾਵਾਂ ਭਾਵਾਂ ਦੀ ਪ੍ਰਤੀਨਿਧਤਾ ਵੀ ਕਰਦੀ ਆ ਸਾਡੇ ਰੀਤੀ ਰਿਵਾਜ ਸਾਡੇ ਕਲਚਰ ਸਾਡੇ ਰੀਤੀ ਰਿਵਾਜ ਜਿਹੜੇ ਹੈਗੇ ਆ ਕੋਈ ਭਾਸ਼ਾ ਜਿਹੜੀ ਉਸ ਫੋਕਲੋਰ ਦਾ ਹਿੱਸਾ ਹੁੰਦੀ ਆ ਜਿਦੇ ਚ ਨਵੇਂ-ਨਵੀਆਂ ਚੀਜ਼ਾਂ ਸਮੇਂ-ਸਮੇਂ ਨਾਲ ਜਿਹੜੀਆਂ ਉਹ ਐਡ ਹੁੰਦੀਆਂ ਰਹਿੰਦੀਆਂ ਤੇ ਵਿਕਸਿਤdੀਆਂ ਰਹਿੰਦੀਆਂ ਹਨ ਸੰਚਾਰ ਸੰਚਾਰਤ ਹੁੰਦੀ ਰਹਿੰਦੀ ਆ ਭਾਸ਼ਾ ਦੇ ਰਾਹੀਂ ਤਾਂ ਕਲਚਰ ਦਾ ਜਿਹੜਾ ਹੈਗਾ ਇਸ ਕਾਨਫਰੰਸ ਦੇ ਨਾਲ ਖਾਸ ਕਰਕੇ ਇਸ ਸਾਡੀ ਕਾਨਫਰੰਸ ਦੇ ਚੇਅਰਮੈਨ ਸਰਦਾਰ ਅਜੈਪ ਸਿੰਘ ਛੱਟਾ ਜੀ ਹੁਣ ਦੀ ਰਾਹੀਂ ਮਾਈ ਹੀਟ ਅਸੀਂ ਪੂਰੀ ਜਿਹੜੀ ਪ੍ਰਬੰਧਕੀ ਟੀਮ ਆ ਸਾਡਾ ਇਹੀ ਨਿਸ਼ਾਨਾ ਸਾਡੇ ਅਸੀਂ ਲੈ ਕੇ ਚੱਲੇ ਹੁਏ ਹਾਂ ਕਿ ਪੰਜਾਬੀ ਜਦੋਂ ਪੰਜਾਬੀ ਦੀ ਗੱਲ ਕਰਦੇ ਆ ਤਾਂ ਸਿਰਫ ਇੱਕ ਭਾਸ਼ਾ ਦੀ ਉਹ ਗੱਲ ਨਹੀਂ ਹੁੰਦੀ ਪੰਜਾਬੀ ਪੰਜਾਬੀਅਤ ਦੀ ਗੱਲ ਹੁੰਦੀ ਆ ਉਹਦੇ ਚ ਪੰਜਾਬੀ ਸੱਭਿਆਚਾਰ ਆ ਜਾਂਦਾ ਪੰਜਾਬੀ ਕਲਚਰ ਦੀ ਗੱਲ ਹੁੰਦੀ ਆ ਸਾਡੇ ਫੋਕਲੋਰ ਦੀ ਗੱਲ ਹੁੰਦੀ ਆ ਤਾਂ ਇੱਕ ਭਾਸ਼ਾ ਨਾਲ ਅਸੀਂ ਪੂਰੇ ਉਸ ਕਲਚਰ ਦੀ ਗੱਲ ਕਰਕੇ ਇਹਨੂੰ ਪੂਰਾ ਸੰਗਠਿਤ ਤਰੀਕੇ ਨਾਲ ਕਰ ਲੈਂਦੇ ਹਾਂ ਜੀ ਤੇ ਅਫਜ਼ਲ ਰਾਜ ਸਾਬ ਤੁਸੀਂ ਹੁਣ ਦੱਸੋ ਕਿ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਉਹ ਕਿਦ ਨਾਲ رابطہ ਕਰਨ ਤੁਹਾਡੇ ਨਾਲ رابطہ ਕਰ ਸਕਦੇ ਨੇ ਤੁਹਾਡੇ ਕੋਲ ਕੋਈ ਸਵਾਲ ਜਵਾਬ ਕਰ ਸਕਦੇ ਨੇ ਕੋਈ ਉਹਨਾਂ ਦੀ ਖੋਜ ਐਸੀ ਹੋਏ ਜਿਹੜੀ ਉਹ ਤੁਹਾਡੇ ਨਾਲ ਕਰਨ ਤੇ ਕਿਸ ਤਰ੍ਹਾਂ رابطہ ਹੋਏ ਤੁਹਾਡੇ ਨਾਲ ਬਿਲਕੁਲ ਉਹ ਕਰ ਸਕਦੇ ਨੇ ਸਾਡੇ ਇਸ ਕਾਨਫਰੰਸ ਦੇ ਵਿੱਚ ਹਿੱਸਾ ਲੈਣ ਲਈ ਸਾਡੇ ਪ੍ਰਧਾਨ ਨੇ ਓਐਫਸੀ ਦੇ ਸੰਤੋਖ ਸਿੰਘ ਸੰਤੂ ਜੀ ਤੇ ਉਹਨਾਂ ਨਾਲ ਰابطਾ ਕਰਕੇ ਤੇ ਆਪਣੀ ਰਜਿਸਟ੍ਰੇਸ਼ਨ ਕਰਵਾ ਕਾਨਫਰੰਸ ਲਈ ਔਰ ਕਾਨਫਰੰਸ ਵਿੱਚ ਆਪ ਵੀ ਆਉਣ ਆਪਣੇ ਮਿੱਤਰਾਂ ਨੂੰ ਵੀ ਲੈ ਕੇ ਆਉਣ ਤੇ ਉਹਦੇ ਵਿੱਚ ਉਹ ਹਿੱਸਾ ਲੈ ਸਕਦੇ ਨੇ ਬਾਕੀ ਅਗਰ ਸਾਡੇ ਨਾਲ ਰابطਾ ਕਰਨਾ ਚਾਹਣ ਤੇ ਸਾਡਾ ਅਸੀਂ ਵੀ ਹਾਜ਼ਰ ਹਾਂ ਸਾਡਾ ਇੱਕ ਇੱਕ ਬੰਦਾ ਜਿਹੜਾ ਨਾ ਜੀ ਉਹ ਤੁਹਾਡੀ ਸੇਵਾ ਲਈ ਹਾਜ਼ਰ ਹੈ ਸਾਡੇ ਚੇਅਰਮੈਨ ਜੀ ਨਾਲ ਰابطਾ ਕੀਤਾ ਜਾ ਸਕਦਾ ਹੈ ਸਰਦਾਰ ਅਜੈਬ ਸਿੰਘ ਚੱਠਾ ਜੀ ਨਾਲ ਮੇਰੇ ਨਾਲ ਕੀਤਾ ਜਾ ਸਕਦਾ ਗੁਰਵੀਰ ਜੀ ਨਾਲ ਕੀਤਾ ਜਾ ਸਕਦਾ ਬਾਕੀ ਸਾਡੀ ਜਿਹੜੀ ਟੀਮ ਹੈ ਉਹਦੇ ਕਿਸੇ ਵੀ ਮੈਂਬਰ ਨਾਲ ਰابطਾ ਕੀਤਾ ਜਾ ਸਕਦਾ ਬਲਕਿ ਇਹ ਵੇਖ ਕੇ ਮੈਂ ਕਹਾਂਗਾ ਕਿ ਤੁਸੀਂ ਟੈਗ ਟੀਵੀ ਨਾਲ ਰابطਾ ਕਰ ਲੋ ਤੇ ਟੈਗ ਟੀਵੀ ਵੀ ਸਾਡੇ ਨਾਲ ਹੀ ਜੁੜਿਆ ਸਾਡਾ ਹਿੱਸਾ ਹੈ ਅਸੀਂ ਉਹਨਾਂ ਦੇ ਧੰਨਵਾਦੀ ਆ ਸ਼ੁਕਰਗੁਜ਼ਾਰ ਆ ਕਿ ਉਹ ਸਾਨੂੰ ਕਵਰੇਜ ਦੇ ਰਹੇ ਨੇ ਗੁਰਜੀਤ ਜੀ ਥੋੜਾ ਜਿੰਨਾ ਤੁਸੀਂ ਹੁਣ ਦੱਸੋ ਕਿੰਨੇ ਕਿੰਨੇ ਲੋਕ ਨੇ ਇਹਦੇ ਵਿੱਚ ਕੌਣ ਕੌਣ ਸ਼ਾਮਿਲ ਹੈ ਕੀ ਕੀ ਹੋਣ ਹੋਣ ਵਾਲਾ ਹੈ ਔਰ ਕੌਣ ਕੌਣ ਇਹਦੇ ਹਿੱਸਾ ਲੈ ਸਕਦਾ ਹੈ ਕੌਣ ਕੌਣ ਹਿੱਸਾ ਨਹੀਂ ਲੈ ਸਕਦਾ ਔਰ ਤੁਸੀਂ ਇਹਦੇ ਬਾਰੇ ਥੋੜਾ ਜਿੰਨਾ ਗਾਈਡ ਕਰੋ ਇਹ ਇਸ ਦਾ ਲక్ష్ਮੀ ਜਿਹੜੀ ਵਰਡ ਪੰਜਾਬੀ ਕਾਨਫਰੰਸ ਆ ਇਹਦੀਆਂ ਤਿਆਰੀਆਂ ਨੇ ਜਿਹੜੀਆਂ ਅਸੀਂ ਅ ਇਸ ਸਾਲ ਦੇ ਸ਼ੁਰੂਆਤ ਤੇ ਸਮੇਂ ਹੀ ਕਰ ਦਿੱਤੀਆਂ ਸੀਗੀਆਂ ਉਸ ਸਮੇਂ ਹੀ ਅਸੀਂ ਵੱਖ-ਵੱਖ ਜਿਹੜੀਆਂ ਸੱਖਿਆ ਸੰਸਥਾਵਾਂ ਨੇ ਜਾਂ ਪੰਜਾਬੀ ਸਾਹਿਤ ਨਾਲ ਜੁੜੇ ਹੋਏ ਲੇਖਕ ਨੇ ਅਸੀਂ ਉਹਨਾਂ ਨੂੰ ਸੰਚਾਰ ਦੇ ਵੱਖ-ਵੱਖ ਸਾਧਨਾ ਰਾਹੀਂ ਜਿਹੜਾ ਹੈਗਾ ਸੂਚਿਤ ਕੀਤਾ ਗਿਆ ਸੀਗਾ ਖੋਜ ਪੱਤਰਾਂ ਦੀ ਮੰਗ ਕੀਤੀ ਗਈ ਸੀ ਕਿ ਸਾਨੂੰ ਵਿਸ਼ੇ ਦੇ ਜਿਹੜਾ ਪੰਜਾਬੀ ਭਾਸ਼ਾ ਦੀਆਂ ਚੁਣੌਤੀਆਂ ਤੇ ਪੰਜਾਬੀ ਨਾਇਕਾਂ ਬਾਰੇ ਜਿਹੜਾ ਹੈਗਾ ਸਾਨੂੰ ਖੋਜ ਪੱਤਰ ਭੇਜੇ ਜਾਣ ਤਾ ਉਸ ਅਸਾਸਨਰਬ ਦੇ ਵਿੱਚ ਸਾਨੂੰ ਜਿਹੜੇ ਖੋਜ ਪੱਤਰ ਨੇ ਉਹ ਪ੍ਰਾਪਤ ਹੋ ਚੁੱਕੇ ਨੇ ਪੰਜਾਬੀ ਜਿਹੜੀ ਹੈਗੀ ਆ ਜਗਤ ਪੰਜਾਬੀ ਸਭਾ ਅਨਟਾਰੀਓ ਫਰੰਟ ਕਲੱਬ ਤੇ ਪੰਜਾਬੀ ਬਿਜ਼ਨਸ ਪ੍ਰੋਫੈਸ਼ਨਲ ਐਸੋਸੀਏਸ਼ਨ ਆ ਜਿਹੜੀ ਹੈਗੀਆਂ ਅਸੀਂ ਇਹ ਤਿੰਨੋਂ ਸਹਿਯੋਗ ਨਾਲ ਸੰਸਥਾਵਾਂ ਦੇ ਨਾਲ ਜਿਹੜਾ ਹੈਗਾ ਅਸੀਂ ਇਹ ਕਾਨਫਰੰਸ ਕਰਵਾ ਰਹੇ ਹਾਂ ਤੇ ਔਰ ਪਹਿਲੀਆਂ ਜਿਸ ਤਰ੍ਹਾਂ ਨੌ ਪੰਜਾਬੀ ਕਾਨਫਰੰਸਾਂ ਹੋ ਚੁੱਕੀਆਂ ਨੇ ਔਰ ਸਾਡੀ ਪ੍ਰਬੰਧਕੀ ਟੀਮ ਬੜੀ ਉਤਸੁਕਤਾ ਇਸ ਵੇਲੇ ਦਾ ਇਸ ਦਸਵੀਂ ਵਰਡ ਪੰਜਾਬੀ ਕਾਨਫਰੰਸ ਦੇ ਸੰਦਰਭ ਦੇ ਵਿੱਚ ਆ ਔਰ ਇਸ ਤਿਆਰੀਆਂ ਦੇ ਮੁਕੰਮਲ ਹੋਣ ਦੇ ਬਾਵਜੂਦ ਸਾਨੂੰ ਉਮੀਦ ਆ ਕਿ ਇੱਕ ਨਵੇਂ ਨੇ ਜਿਹੜੇ ਉਹ ਮੀਲ ਪੱਥਰ ਸਾਬਤ ਕਰੇਗੀ ਇਹ ਕਾਨਫਰੰਸ ਆ ਕਿੱਥੇ ਕਿਹੜੀ ਵੈਨਿਊ ਕੀ ਹੈ ਕਿਸ ਜਗ੍ਹਾ ਦੇ ਉੱਤੇ ਹੋਏਗੀ ਜੇ ਲੋਕਾਂ ਚਾਹ ਆਣਾ ਚਾਹਣ ਕਿਸ ਜਗ੍ਹਾ ਤਿਆਂ ਔਰ ਤੁਹਾਡੇ ਪ੍ਰਧਾਨ ਜੀ ਦਾ ਕੋਈ ਨੰਬਰ ਜਾਂ ਕੰਟੈਕਟ ਇਨਫੋ ਕੋਈ ਤੁਸੀਂ ਸਾਡੇ ਦਰਸ਼ਕਾਂ ਨੂੰ ਦੇਣਾ ਚਾਹੋ ਤੇ ਜਿਹੜੀ ਇਹ ਕਾਨਫਰੰਸ ਹੈ ਇਹ ਕੈਨੇਡਾ ਦੇ ਵਿੱਚ ਬ੍ਰੈਂਪਟਨ ਸ਼ਹਿਰ ਦੇ ਵਿੱਚ ਹੋ ਰਹੀ ਹੈ ਜਿਹੜੀ ਇਹ ਕਾਨਫਰੰਸ ਹੈ ਔਰ ਇਸ ਦੇ ਜਿਹੜੇ ਤਿੰਨ ਵੱਖ-ਵੱਖ ਪੜਾਵਾਂ ਦੇ ਵਿੱਚ ਹੋਣੀਆਂ ਤਿੰਨੋ ਦਿਨ ਤਾਂ ਉਹਨਾਂ ਦਾ ਅਸੀਂ ਜਿਹੜਾ ਐਡਰੈਸ ਆ ਉਹ ਆਪਣੀ ਵੈਬਸਾਈਟ ਦੇ ਉੱਪਰ ਔਰ ਜਨਤਕ ਜਿਹੜੀਆਂ ਹੈਗੀਆਂ ਸੋਸ਼ਲ ਮੀਡੀਆ ਦੇ ਜਿੰਨੇ ਵੀ ਵੱਖ-ਵੱਖ ਸਾਡੇ ਪੇਜ ਨੇ ਉਹਨਾਂ ਦੇ ਉੱਪਰ ਅਸੀਂ ਉਹਨਾਂ ਦਾ ਵੈਨਿਊ ਜਿਹੜਾ ਹੈਗਾ ਸਮਾਂ ਉਹਨਾਂ ਅਧਾਰਿਤ ਕਰ ਵੀ ਚੁੱਕੇ ਹਾਂ ਔਰ ਸਮੇਂ-ਸਮੇਂ ਤੇ ਅਸੀਂ ਨਿਧਾਰਿਤ ਕਰ ਕਰ ਵੀ ਰਹੇ ਹਾਂ ਸਮੇਂ ਅਨੁਸਾਰ ਨੰ ਅਨੁਸਾਰ ਤਾ ਉਸ ਨਾਲ ਦੇ ਸੰਦਰਭ ਦੇ ਵਿੱਚ ਕੋਈ ਵਿਅਕਤੀ ਆ ਕੋਈ ਖਾਸ ਕੋਈ ਸੰਸਥਾ ਇਸ ਕਾਨਫਰੈਂਸ ਦਾ ਹਿੱਸਾ ਬਣਨਾ ਚਾਹੁੰਦੀ ਆ ਤਾਂ ਅਸੀਂ ਉਹਨਾਂ ਨੂੰ ਜੀ ਆਇਆਂ ਕਰਾਂਗੇ ਜੀ ਤੇ ਆਖਿਰੇ ਚ ਰਾਜ ਸਾਹਿਬ ਤੁਸੀਂ ਕੋਈ ਪੈਗਾਮ ਦੇਣਾ ਚਾਹੁੰਦੇ ਹੋ ਸਾਡੇ ਦਰਸ਼ਕਾਂ ਨੂੰ ਕੋਈ ਐਸੀ ਗੱਲ ਸਾਂਝੀ ਕਰਨਾ ਚਾਹੁੰਦੇ ਹੋ ਜੋ ਤੁਸੀਂ ਸਮਝਦੇ ਹੋ ਕਿ ਬਹੁਤ ਜ਼ਰੂਰੀ ਹੈ ਜਾਨਣਾ ਮੈਂ ਸਮਝਣਾ ਵਾਂ ਕਿ ਆਜ ਦੇ ਦੌਰ ਦੇ ਵਿੱਚ ਆਪਣੀ ਭਾਸ਼ਾ ਜਿਹੜੀ ਹੈ ਆਪਣੀ ਜ਼ੁਬਾਨ ਜਿਹੜੀ ਹੈ ਉਹਦੇ ਨਾਲ ਜਿਹੜੀ ਇਹ ਜੁੜਤ ਤੁਹਾਡੀ ਦਿਲੋਂ ਹੋਣੀ ਚਾਹੀਦੀ ਏ ਔਰ ਮਜ਼ਬੂਤੀ ਨਾਲ ਹੋਣੀ ਚਾਹੀਦੀ ਏ ਅਸੀਂ ਕਿਸੇ ਭਾਸ਼ਾ ਦੇ ਖਿਲਾਫ ਨਹੀਂ ਆ ਕਿਸੇ ਜ਼ੁਬਾਨ ਦੇ ਖਿਲਾਫ ਨਹੀਂ ਆ ਅਸੀਂ ਕਹਿੰਨੇ ਆ ਕਿ ਆਪਣੀ ਜ਼ੁਬਾਨ ਜਿਹੜੀ ਹੈ ਨਾ ਉਹਨੂੰ ਬਚਾਓ ਔਰ ਉਹਦੇ ਵਧਾਅ ਤੇ ਸੁਝਾਅ ਲਈ ਜਿਹੜਾ ਨਾ ਤੁਹਾਨੂੰ ਕੰਮ ਕਰਨਾ ਚਾਹੀਦਾ ਜੀ ਹੁਣ ਗੁਰਵੀਰ ਜੀ ਤੁਸੀਂ ਵੀ ਆਪਣਾ ਮੈਸੇਜ ਦਿਓ ਸਾਡੇ ਦਰਸ਼ਕਾਂ ਨੂੰ ਕੋਈ ਖਾਸ ਗੱਲ ਕੋਈ ਅਹਿਮ ਗੱਲ ਜਿਹੜੀ ਤੁਸੀਂ ਸਮਝਦੇ ਹੋ ਕਿ ਸਾਂਝੀ ਹੋਣੀ ਚਾਹੀਦੀ ਏ ਦਰਸ਼ਕਾਂ ਨਾਲ ਸਾਂਝੀ ਕਰੋ ਜੀ ਜ਼ਰੂਰ ਤਾਂ ਇਸ ਵੇਲੇ ਸਾਡਾ ਇਹੀ ਆ ਕਿ ਅਸੀਂ ਜਿਹੜਾ ਹੈਗਾ ਦਸਵੀਂ ਵਰਲਡ ਪੰਜਾਬੀ ਕਾਨਫਰੰਸ ਕਰਵਾ ਰਹੇ ਹਾਂ ਤਾਂ ਇਸ ਦੇ ਸੰਦਰਭ ਵਿੱਚ ਹੀ ਕਵਾਂਗਾ ਕਿ ਭਾਸ਼ਾ ਜਿਹੜੀ ਹੈਗੀ ਆ ਭਾਸ਼ਾ ਨੂੰ ਅਸੀਂ ਸੰਚਾਰ ਦੇ ਸਾਧਨਾਂ ਤੱਕ ਸੀਮਤ ਨਾ ਰੱਖੀਏ ਆਪਣੇ ਅਤੀਤ ਨਾਲ ਜੁੜਦੇ ਹੋਏ ਵੀ ਆਪਣੇ ਸੱਭਿਆਚਾਰ ਨਾਲ ਜੁੜਦੇ ਹੋਏ ਅਸੀਂ ਇਸ ਨੂੰ ਭਵਿੱਖ ਵੱਲ ਲੈ ਕੇ ਜਾਈਏ ਔਰ ਸਾਡੀਆਂ ਆਉਣ ਵਾਲੀਆਂ ਜਿਹੜੀਆਂ ਪੀੜੀਆਂ ਨੇ ਖਾਸ ਕਰਕੇ ਉਹਨਾਂ ਨੂੰ ਨੈਤਿਕਤਾ ਜਿਹੜੇ ਆ ਮੁੱਲ ਨੇ ਕਦਰਾਂ ਕੀਮਤਾਂ ਨੇ ਉਨਾ ਵਾਰੇ ਆਪਣੀ ਜਿਹੜਾ ਹੈਗਾ ਭਵਿੱਖ ਚ ਪਿੱਖ ਤੋਂ ਭਾਵ ਜਿਹੜਾ ਅੱਜ ਦਾ ਬੱਚਾ ਉਹ ਕੱਲ ਦਾ ਭਵਿੱਖਾ ਅਸੀਂ ਉਹਨਾਂ ਨੂੰ ਉਹਨਾਂ ਕਦਰਾਂ ਕੀਮਤਾਂ ਨਾਲ ਲਾਇਸ ਕਰੀਏ ਤਾਂ ਕਿ ਅਸੀਂ ਇੱਕ ਉਜਵਲ ਭਵਿੱਖਾ ਜਿਹੜਾ ਉਹ ਸਿਰਜ ਸਕੀਏ ਔਰ ਪੰਜਾਬੀ ਪੰਜਾਬੀਅਤ ਦਾ ਜਿਹੜਾ ਨਾਮ ਆ ਅੱਜ ਪੰਜਾਬੀ ਕਿਸੇ ਖਾਸ ਖੇਤਰ ਜਾਂ ਕਿਸੇ ਖਾਸ ਖਿੱਤੇ ਦੀ ਭਾਸ਼ਾ ਬਣ ਕੇ ਨਹੀਂ ਰਹੀ ਸਗੋਂ 150 ਮੁਲਕਾਂ ਦੀ ਭਾਸ਼ਾ ਹੋ ਚੁੱਕੀ ਆ ਦੁਨੀਆ ਦੇ ਕੋਨੇ-ਕੋਨੇ ਵਿੱਚ ਅੱਜ ਪੰਜਾਬੀ ਵਸ ਰਹੀ ਹਾਂ ਤਾਂ ਇਸ ਦੀ ਅਸੀਂ ਜਿਵੇਂ ਇੱਕ ਬੂਟੇ ਦੀ ਮਾ ਚਾਹੇ ਉਹ ਬੂਟਾ ਚਾਹੇ ਦਰਖਤ ਦਾ ਉਹਦਾ ਪਾਲਣ ਪੋਸ਼ਣ ਕਰਦੇ ਆ ਤਾਂ ਭਾਸ਼ਾ ਦਾ ਜਿਹੜਾ ਹੈਗਾ ਇਸ ਨੂੰ ਅੱਗੇ ਲੈ ਜਾਣਾ ਹੀ ਸਾਡੇ ਦੁਬਾਰਾ ਜਿਹੜਾ ਹੈਗਾ ਸੇਵਾ ਅਸੀਂ ਭਾਸ਼ਾ ਦੀ ਕਰਦੇ ਰਹਾਂਗੇ ਔਰ ਇਸ ਲਈ ਬਹੁਤ ਧੰਨਵਾਦ। ਡਾਟੀ ধੁਮਾਂ ਦਾ ਅੱਜ ਸਾਡੇ ਪ੍ਰੋਗਰਾਮ ਵਿੱਚ ਆਨ ਦਾ ਬਹੁਤ-ਬਹੁਤ ਸ਼ੁਕਰੀਆ ਔਰ ਉਦਨਾਲ ਲਾਲ ਆਪਣੇ ਖਿਆਲਤ ਸਾਂਝੇ ਕਰਨ ਦਾ ਵੀ ਬਹੁਤ-ਬਹੁਤ ਸ਼ੁਕਰੀਆ। ਸਾਧਿਆ ਜੀ ਤੁਹਾਡਾ ਵੀ ਸ਼ੁਕਰੀਆ ਅਸੀਂ ਟੈਗ ਟੈਗ ਟੀਵੀ ਦਾ ਦੁਬਾਰਾ ਸ਼ੁਕਰੀਆ ਅਦਾ ਕਰਨੇ ਆ। ਕਿ ਜੀਨਾ ਨੇ ਸਾਨੂੰ ਅੱਜ ਮੌਕਾ ਦਿੱਤਾ ਔਰ ਕਾਨਫਰੰਸ ਦੇ ਹਵਾਲੇ ਨਾਲ ਗੱਲ ਕਰਨ ਦੀ ਸਹੂਲਤ ਦਿੱਤੀ ਬਹੁਤ ਸ਼ੁਕਰੀਆ ਧੰਨਵਾਦ ਦਰਸ਼ਕੋ ਵਰਲਡ ਪੰਜਾਬੀ ਕਾਨਫਰੰਸ ਹਮੇਸ਼ਾ ਦੀ ਤਰ੍ਹਾਂ ਬ੍ਰੈਂਪਟਨ ਵਿੱਚ ਹੋਏਗੀ 5 6 ਔਰ 7 ਜੁਲਾਈ ਨੂੰ ਤੁਸੀਂ ਜਾਣਦੇ ਹੋ ਕਿ ਇਹਦੇ ਵਿੱਚ ਵਿਦਵਾਨ ਆਉਂਦੇ ਨੇ ਇੰਟੈਲੈਕਚੁਅਲ ਡਿਸਕੋਰਸਸ ਹੁੰਦੇ ਨੇ ਔਰ ਉਹ ਵਿਸ਼ੇ ਲਿਆਏ ਜਾਂਦੇ ਨੇ ਜਿਹੜੇ ਕਿ ਸਾਨੂੰ ਆਪਸ ਵਿੱਚ ਸਮਝਣ ਦੀ ਔਰ ਇੱਕ ਦੂਸਰੇ ਦੇ ਨਾਲ ਤਵਜੂ ਦੇਣ ਦੀ ਜ਼ਰੂਰਤ ਹੁੰਦੀ ਹੈ ਬੱਚੇ ਬਹੁਤ ਮੁਸ਼ਕਲ ਹੁੰਦੇ ਨੇ ਔਰ ਜਿੱਥੇ ਕੰਮ ਇੰਟੈਲੈਕਟ ਦਾ ਹੋਏ ਇੰਟੈਲੈਕਟ ਦੇ ਵਿੱਚ ਬੱਚੇ ਜ਼ਰੂਰ ਸ਼ਾਮਿਲ ਹੁੰਦੇ ਨੇ ਲੇਕਿਨ ਉਹ ਡਿਸਕੋਰਸਿਸ ਜਿਹਦੇ ਵਿੱਚ ਕਿ ਅਕੈਡੈਮਿਕ ਡਿਸਕੋਰਸਿਸ ਹੁੰਦੇ ਨੇ ਉਹਦੇ ਵਿੱਚ ਬੱਚਿਆਂ ਦਾ ਥੋੜਾ ਜਿਨਾ ਮੁਸ਼ਕਲ ਹੁੰਦਾ ਹੈ ਸਾਡੀ ਪੰਜਾਬੀ ਕਾਨਫਰੰਸ ਵਿੱਚ ਬੱਚਿਆਂ ਦਾ ਸ਼ਾਮਿਲ ਹੋਣਾ ਜਿਹੜਾ ਉਹ ਹਾਲੇ ਪੋਸੀਬਲ ਨਹੀਂ ਹੈ। ਲਿਹਾਜ਼ਾ ਤੁਸੀਂ ਕੋਸ਼ਿਸ਼ ਕਰੋ ਕਿ ਤੁਸੀਂ ਸ਼ਾਮਿਲ ਹੋਵੋ ਔਰ ਬੱਚੇ ਕਿਸੇ ਹੋਰ ਅੱਛੀ ਐਕਟੀਵਿਟੀ ਦੇ ਵਿੱਚ ਇਨਵੋਲ ਹੋ ਜਾਣ ਉਸ ਦੌਰਾਨ। ਲੇਕਿਨ ਤੁਸੀਂ ਜ਼ਰੂਰ ਕੋਸ਼ਿਸ਼ ਕਰਕੇ ਆਓ। ਇਹ ਬਹੁਤ ਅੱਛਾ ਨੈਟਵਰਕਿੰਗ ਦਾ ਵੀ ਜ਼ਰੀਆ ਹੈ ਜਿੱਦੇ ਵਿੱਚ ਤੁਸੀਂ ਦੁਨੀਆ ਭਰ ਤੋਂ ਆਏ ਹੋਏ ਲੋਕਾਂ ਦੇ ਨਾਲ ਮਿਲਦੇ ਹੋ ਔਰ ਬੜਾ ਕੁਝ ਆਪਣਾ ਸਾਂਝਾ ਕਰਦੇ ਹੋ। ਅੱਜ ਦਾ ਪੰਜਾਬ ਰੰਗ ਸਾਡੇ ਨਾਲ ਵੇਖਣ ਦਾ ਬਹੁਤ-ਬਹੁਤ ਸ਼ੁਕਰੀਆ।